लेटेस्ट अपडेट्स के लिए सब्सक्राइब करें नेशनल बस और साथ ही दबाएं बेल आइकन. Hi, this is Sargun Mehta and keep watching National Buzz. ਤੋ 2 ਸਾਲ ਹੋ ਗਏ ਤੁਹਾਨੂੰ ਕਹਿੰਦੇ ਨੇ ਮੈਨੂੰ ਚੰਡੀਗੜ੍ਹ ਭੇਜ ਦੋ, ਮੈਨੂੰ ਚੰਡੀਗੜ੍ਹ ਭੇਜ ਦੋ. ਲੰਡਨ ਨਾ ਭੇਜ ਦਿਆ ਤੈਨੂੰ, ਹਲ ਚਿਰ ਮਾਲ ਦੇ ਕਿਵੇਂ ਲਾਇਆ ਜਿਵੇਂ ਡੀਸੀ ਲੱਗਿਆ ਹੋਵੇ. ਲੱਗਦਾ ਅੱਜ ਕੀ ਸ਼ੁਰੂ ਹੋ ਗਈ ਜੀ. ਕਰੋ ਕਰੋ, ਉਹ ਮੈਂ ਵੀ ਬਹੁਤ ਕੀਤੀ ਆ, ਐਵੇਂ ਨਹੀਂ ਰੇੜੀਆਂ ਲੱਗੀਆਂ. ਸਤਿ ਸ਼੍ਰੀ ਅਕਾਲ ਜੀ, ਤੇ ਫਿਲਮ ਸਾਡੀ ਕਿਸਮਤ ਜੀ ਕੱਲ੍ਹ ਰਿਲੀਜ਼ ਹੋ ਜਾਣੀ ਹੈ 21 ਸਪਟੈਂਬਰ ਨੂੰ, 21 ਸਤੰਬਰ. ਅਤੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਫਿਲਮ ਜ਼ਰੂਰ ਪਸੰਦ ਆਊਗੀ. ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ ਜੀ, ਅਤੇ ਪਿਛਲੀ ਫਿਲਮ ਜਿੱਦਾਂ ਸਪੋਰਟਸ 'ਤੇ ਸੀ, ਇਹ ਰੋਮਾਂਟਿਕ ਕਾਮੇਡੀ ਫਿਲਮ ਹੈ ਅਤੇ ਨੋਰਮਲੀ ਫਿਲਮ ਹੈ ਜਿਹੜੀ ਉਹ ਪੀਰੀਅਡ ਹੈ. ਅਤੇ ਉਮੀਦ ਕਰਦਾ ਜਿਹੜੇ ਐਕਸਪੈਰੀਮੈਂਟਸ ਅਸੀਂ ਕਰਦੇ ਹਾਂ ਜਾਂ ਜਿਹੜੀਆਂ ਅਸੀਂ ਵੱਖ ਵੱਖਰੇ ਤਰੀਕੇ ਨਾਲ ਫਿਲਮਾਂ ਕਰਦੇ ਹਾਂ, ਤੁਸੀਂ ਜ਼ਰੂਰ ਪਸੰਦ ਕਰੋਗੇ. ਸਾਡਾ ਪਿਆਰ ਬਗੀਚਾ ਉੱਜੜ ਗਿਆ, ਤੂੰ ਕਿੱਥੇ ਮਹਿਕ ਖੰਡਾਉਣੀ ਐ, ਉਹ ਤੂੰ ਕਰਮਾ ਮਾਰੇ ਆਸ਼ਿਕ ਨੂੰ, ਨੀ ਤੂੰ ਅੱਜ ਵੀ ਚੇਤੇ ਆਉਣੀ ਐ. ਮੇਰੇ ਨਾਲ ਨੱਚਣਾ ਤਾਂ ਨੱਚ ਗੋਰੀਏ, ਐਵੇਂ ਠੇਡੇ ਮੇਡੇ ਕਰਦੀ ਕਿਉਂ ਮੂੰਹ, ਜੇ ਤੈਨੂੰ ਦਾਰੂ ਨੀ, ਜੇ ਤੈਨੂੰ ਦਾਰੂ ਨੀ, ਜੇ ਤੈਨੂੰ ਦਾਰੂ ਨੀ ਪਸੰਦ ਜੱਟ ਦੀ, ਜੱਟ ਨੂੰ ਪਸੰਦ ਨਹੀਂ ਓ ਤੂੰ. ਫਿਲਮ ਸਾਡਾ 1.5 ਸਾਲ ਪਹਿਲਾਂ ਗਾਣਾ ਆਇਆ ਸੀਗਾ ਜੀ, ਅਤੇ 1.5 ਸਾਲ ਪਹਿਲਾਂ ਗਾਣਾ ਆਇਆ ਸੀ ਕਿਸਮਤ, ਉਹ ਗਾਣੇ ਨੂੰ ਬੜਾ ਵਧੀਆ ਭਰਵਾਂ ਹੁੰਗਾਰਾ ਮਿਲਿਆ, ਅਤੇ ਉਸ ਗਾਣੇ ਦੇ ਨਾਲ ਮੇਲ ਜੋਲ ਖਾਂਦੀ ਫਿਲਮ ਹੈ. ਸੋ ਸਟੋਰੀ ਉੱਦਾਂ ਦੀ ਨਹੀਂ, ਬੇਸਿਕਲੀ ਇਮੋਸ਼ਨਸ ਫੀਲ ਆਪਾਂ ਸਮਝ ਲੈਂਦੇ ਹੁੰਦੇ ਹਾਂ, ਕੋਈ ਜਿਵੇਂ ਗੇਮਾਂ 'ਤੇ ਫਿਲਮ ਬਣਦੀ ਹੈ, ਖੇਡਾਂ 'ਤੇ ਫਿਲਮਾਂ ਬਣਦੀਆਂ ਨੇ, ਆਪਾਂ ਨੂੰ ਸਪੋਰਟਸ ਫਿਲਮ ਹੈ. ਸੋ ਉਹ ਰੋਮਾਂਟਿਕ ਗਾਣਾ ਸੀਗਾ, ਅਤੇ ਆਪਾਂ ਉਹ ਫਿਲਮ ਨਾਲ ਉਸ ਗਾਣੇ ਨਾਲ ਫਿਲਮ ਨੂੰ ਰਿਲੇਟ ਕਰ ਸਕਦੇ ਹਾਂ, ਬਟ ਉੱਦਾਂ ਦੀ ਸਟੋਰੀ ਨਹੀਂ ਹੈਗੀ, ਇੱਕ ਕਿਊਟ ਜੀ ਲਵ ਸਟੋਰੀ ਹੈ. ਆਪਣਾ ਰੋਮਾਂਸ ਫਿਲਮ ਦੇ ਵਿੱਚ ਕਾਮੇਡੀ ਹੈ, ਸੋ ਪਰਿਵਾਰਕ ਫਿਲਮ ਹੈ ਜੀ, ਤੁਸੀਂ ਜਾ ਕੇ ਦੇਖਿਓ ਜ਼ਰੂਰ. नए आए हो कॉलोनी में? पढ़ना है क्यों? हमें तो लग रहा है पढ़ाने आए हो. टैटू? मेरी भी हैगा, पीकॉक. उठ गया, एक किथे गया, एक हैगा, यस. या मेरे की लिखिया सी तू? क्यों पढ़े नहीं तू? बेंटी पापा रे चिट्ठी देके गया. बानी थल्ले भाग जा, तेरा बापू आ जूगा. ओ थाने गया. रिपोर्टर कौन? ड्यूटी ते. हाय बानी, तेरा बड़ा मैं ते भुक्की दा केस ता नहीं पाऊंगा. नीली पग बन्ने फोर्ड लगदा, ਹਰੀ ਪੱਗ ਬੰਨੇ ਲੱਗੇ ਜੌਨ ਡੀਅਰ ਵਰਗਾ, ਫਿਰ ਮੈਂ ਜੱਟ ਦੀ ਜ਼ਮੀਨ ਵਰਗੀ, ਮੇਰਾ ਟਰੈਕਟਰ ਬਿਨਾਂ ਨਹੀਂ ਹੋ ਸਕਦਾ. ਨੀਲੀ ਪੱਗ ਬੰਨੇ ਫੋਡ ਲੱਗਦਾ, ਹਰੀ ਪੱਗ ਬੰਨੇ ਲੱਗੇ ਜੌਨ ਡੀਅਰ ਵਰਗਾ, ਫਿਰ ਮੈਂ ਜੱਟ ਦੀ ਜ਼ਮੀਨ ਵਰਗੀ, ਮੇਰਾ ਟਰੈਕਟਰ ਬਿਨਾਂ ਨਹੀਂ ਹੋ ਸਕਦਾ. ਬਿਲਕੁਲ ਗਾਲਿਬ ਸਾਹਿਬ ਵਾਂਗੂ ਤਾਰੀਫ ਕਰਦੇ ਤੂੰ, ਬਹੁਤ ਅੱਛਾ ਸ਼ੇਰ ਸੀ, ਬਹੁਤ ਅੱਛਾ ਸ਼ੇਰ. ਜੇ ਮੈਂ ਨਹੀਂ ਤੇਰੇ ਕੋਲ ਤੇ ਫਿਰ ਕੌਣ ਹੋਵੇਗਾ, ਰੂ ਮੇਰੀ ਤੜਪੇਗੀ ਜਾਨੀ ਦਿਲ ਵੀ ਰੋਏਗਾ. ਜੇ ਮੈਂ ਨਹੀਂ ਤੇਰੇ ਕੋਲ ਤੇ ਫਿਰ ਕੌਣ ਹੋਏਗਾ, ਰੂ ਮੇਰੀ ਤੜਪੇਗੀ ਜਾਨੀ ਦਿਲ ਵੀ ਰੋਏਗਾ. नेशनल बस पर लेटेस्ट न्यूज और एंटरटेनमेंट वीडियोस देखने के लिए सब्सक्राइब करें, लाइक करें, कमेंट करें और शेयर करें. थैंक्स फॉर वॉचिंग.